ਬਿਸ਼ਪ ਸਾਹਿਬ ਜੀ ਦੇ ਪ੍ਰਤੀ ਜੋ ਗਲਤ ਆਨਸਰ ਗਲਤ ਅਫਵਾਹਾਂ ਉਡਾ ਰਹੇ ਨੇ ਉਹਨਾਂ ਦੇ ਵਿਰੁੱਧ ਜੋ ਕੁਛ ਵੀ ਅੱਜ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਕੈਥੋਲਿਕ ਯੂਨੀਅਨ ਉਸ ਦਾ ਵਿਰੋਧ ਕਰਦੀ ਹੈ। ਔਰ ਮੈਂ ਅਪੀਲ ਕਰਦਾ ਹਾਂ ਉਹਨਾਂ ਲੋਕਾਂ ਨੂੰ ਸ਼ਰਾਰਤੀ ਆਨਸਰਾਂ ਨੂੰ ਮਤ ਤੋਂ ਸੋਚਣ ਕਿ ਪੰਜਾਬ ਦੇ ਲੋਕ ਜਾਗਦੇ ਨਹੀਂ। ਜੇਕਰ ਸਾਡੇ ਧਾਰਮਿਕ ਆਗੂਆਂ ਦੇ ਨਾਲ ਕਿਸੇ ਨਾਲ ਉਂਗਲ ਕੀਤੀ ਤਾਂ ਉਹਦੀ ਉਂਗਲ ਕੀ ਉਹਦੀ ਬਾਂਹ ਵੀ ਕੱਟ ਦਿੱਤੀ ਜਾਏਗੀ। ਮੈਂ ਇੱਕ ਹੋਰ ਬੇਨਤੀ ਕਰਦਾ ਹਾਂ ਉਹਨਾਂ ਸ਼ਰਾਰਤੀ ਆਨਸਰਾਂ ਨੂੰ, ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਬਿਸ਼ਪ ਸਾਹਿਬ ਜੀ ਨੂੰ ਕਦੋਂ ਤੋਂ ਜਾਣਦੇ ਹੋ। ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਬਿਸ਼ਪ ਸਾਹਿਬ ਨੂੰ ਉਸ ਟਾਈਮ ਤੋਂ ਜਾਣਦੇ ਹਾਂ ਜਿਸ ਟਾਈਮ ਬਿਸ਼ਪ ਸਾਹਿਬ ਇੱਕ ਬ੍ਰਦਰ ਸੀ। ਜਦੋਂ ਬ੍ਰਦਰ ਸੀ ਉਸ ਟਾਈਮ 'ਤੇ ਵੀ ਉਹ ਜਾਗਰਤ ਸੀ, ਬ੍ਰਦਰ ਤੋਂ ਬਾਅਦ ਫਾਦਰ ਜੀ ਬਣੇ। ਫਾਦਰ ਜੀ ਬਣਨ ਦੇ ਨਾਲ ਅਸੀਂ ਉਹਨਾਂ ਦੇ ਨਾਲ 5 ਸਾਲ ਲਗਾਤਾਰ ਰਹੇ, ਜਦੋਂ ਕਿ ਕਾਨੋਵਾਲ, ਅੰਮ੍ਰਿਤਸਰ, ਸ਼੍ਰੀ ਹਰਗੋਬਿੰਦਪੁਰ, ਦਸੂਆ, ਹੋਰ ਵੀ ਕਈ ਖੇਤਰਾਂ ਦੇ ਵਿੱਚ ਉਹਨਾਂ ਦੇ ਨਾਲ ਸਾਨੂੰ ਜਾਣ ਦਾ ਮੌਕਾ ਮਿਲਿਆ। ਪਰ ਅਜਿਹੀਆਂ ਗੱਲਾਂ ਜਿਹੜੀਆਂ ਜੋ ਕੁਛ ਵੀ ਅੱਜ ਅਫਵਾਹਾਂ ਉਡਾਈਆਂ ਜਾ ਰਹੀਆਂ, ਅਸੀਂ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਆਪਣੇ ਆਪ ਨੂੰ ਸੁਚੇਤ ਕਰ ਲੈਣ, ਨਹੀਂ ਤਾਂ ਉਹਨਾਂ ਦਾ ਉਹ ਹਸ਼ਰ ਹੋਏਗਾ ਜੋ ਅੱਜ ਤੱਕ ਕਿਸੇ ਨੇ ਵੇਖਿਆ ਨਹੀਂ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਬਿਸ਼ਪ ਸਾਹਿਬ ਜੀ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਮਤ ਕੋਈ ਵੀ ਦਿਲ ਦੇ ਵਿੱਚ ਭੁਲੇਖਾ ਨਾ ਕਿਸੇ ਨੂੰ ਹੋਵੇ। ਅਸੀਂ ਇਹ ਬੇਨਤੀ ਕਰਦੇ ਹਾਂ ਸਾਰੇ ਉਹਨਾਂ ਲੋਕਾਂ ਨੂੰ ਕਿ ਆਪਣੀਆਂ ਜ਼ਬਾਨਾਂ ਬੰਦ ਕਰਕੇ ਰੱਖੋ। ਜੇ ਤੁਸੀਂ ਆਪਣੀਆਂ ਜੇਕਰ ਆਪਣੀ ਜ਼ਬਾਨ ਤੁਸੀਂ ਬੰਦ ਨਾ ਕੀਤੀ ਤਾਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਇੰਨਾ ਕੁਛ ਹੀ ਮੈਂ ਕਹਿੰਦਾ ਹੋਇਆ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਆਪ ਨੂੰ ਸੁਚੇਤ ਰੱਖੋ। ਜੈ ਸੁਖੀ।